ਸਤਿਕਾਰ ਜੀ, ਇੱਕ ਬਹੁਤ ਜ਼ਰੂਰੀ ਗੱਲ ਹੈਗੀ ਆ। ਜਿਹੜੇ ਮੋਹਾਲੀ ਦੇ ਨੇੜੇ ਵਾਲੇ ਜ਼ਿਲ੍ਹੇ ਹੈਗੇ ਆ, ਰੋਪੜ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਠੀਕ ਹੈ, ਬਨੂੜ, ਇੱਧਰ ਚੰਡੀਗੜ੍ਹ ਮੋਹਾਲੀ ਵਾਲੇ ਜਿਹੜੇ ਸਟੂਡੈਂਟ ਆ, ਤੁਸੀਂ ਡੇਲੀ ਹਾਜ਼ਰ ਹੋਇਆ ਕਰੋ ਧਰਨੇ ਦੇ ਵਿੱਚ। ਗਿਣਤੀ ਸ਼ਾਮ ਨੂੰ ਬਹੁਤ ਥੋੜ੍ਹੀ ਰਹਿ ਜਾਂਦੀ ਆ। ਸਰਕਾਰ ਆਪਾਂ ਨੂੰ ਦੇਖਦੀ ਪਈ ਆ ਵੀ ਕਿੰਨੀ ਕਿੰਨੀ ਯੂਨਿਟੀ ਹੈਗੀ, ਕਿੰਨੇ ਕੁ ਲੋਕ ਟਿਕਦੇ ਹੈਗੇ ਆ। ਤੁਸੀਂ ਘਰੇ ਬੈਠੇ ਵੀਡੀਓ ਦੇਖਦੇ ਪਏ, ਕਮੈਂਟ ਕਰਦੇ ਪਏ ਹੋ, ਗਰੁੱਪ ਵਿੱਚ ਦੇਖੀ ਜਾਂਦੇ ਵੀ ਕੀ ਹੋ ਰਿਹਾ, ਉਹਦੇ ਨਾਲ ਗੱਲ ਨਹੀਂ ਬਣਨੀ। ਜਿਹੜੇ ਬਿਲਕੁਲ ਫ੍ਰੀ ਹੈਗੇ ਆ ਅਤੇ ਸਟੈਨੋ 'ਤੇ ਡਿਪੈਂਡੈਂਟ ਹੈਗੇ ਆ, ਹੋਰ ਕੋਈ ਭਰਤੀ ਨਹੀਂ ਦੇਖ ਰਹੇ ਉਹ, ਜਿਨ੍ਹਾਂ ਨੇ ਸਟੈਨੋਗ੍ਰਾਫਰ ਬਣਨਾ, ਤੁਸੀਂ ਡੇਲੀ ਹਾਜ਼ਰ ਹੋ। ਤੁਹਾਡੇ ਜਿਹੜਾ ਰਸਤਾ ਹੈਗਾ ਡੇਲੀ 1 ਘੰਟੇ ਦਾ, 1 ਘੰਟੇ ਦਾ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਰਸਤਾ ਜਿਹੜਾ 1/2 ਘੰਟੇ ਦਾ। ਪਿਛਲੇ ਪਹਿਲੇ ਧਰਨੇ ਵਿੱਚ ਉਹਨਾਂ ਦੀ ਹਾਜ਼ਰੀ ਬਹੁਤ ਸੀਗੀ ਅਤੇ ਸਟੂਡੈਂਟ ਵੀਡੀਓ ਵੀ ਬਣਾ ਰਹੇ ਸੀਗੇ, ਗੱਲਬਾਤ ਚੱਲਦੀ ਪਈ ਸੀ। ਪਰ ਹੁਣ ਇਸ ਟਾਈਮ ਫਤਿਹਗੜ੍ਹ ਸਾਹਿਬ ਬਿਲਕੁਲ ਸ਼ਾਂਤ ਬੈਠਾ, ਲੁਧਿਆਣੇ ਵਾਲੇ ਬਿਲਕੁਲ ਸ਼ਾਂਤ ਬੈਠੇ ਹੋਏ, ਮੁਕਤਸਰ, ਮੋਗਾ, ਇਹਨਾਂ ਵਿੱਚ ਕੋਈ ਬੰਦਾ ਹਾਜ਼ਰ ਨਹੀਂ ਹੋ ਰਿਹਾ, ਮਾਨਸਾ ਵਿੱਚ ਕੋਈ ਹਾਜ਼ਰ ਨਹੀਂ ਹੋ ਰਿਹਾ। 1-2 ਸਟੂਡੈਂਟ ਪਹੁੰਚਦੇ ਪਏ ਆ, ਬਰਨਾਲੇ ਵਾਲੇ ਸਾਰੇ ਚੁੱਪ ਬੈਠੇ ਆ। ਨੌਕਰੀ ਤੁਹਾਨੂੰ ਸਾਰਿਆਂ ਨੂੰ ਚਾਹੀਦੀ ਹੈ, ਇਸ ਕਰਕੇ ਸਾਰਿਆਂ ਨੂੰ ਬਾਹਰ ਨਿਕਲਣਾ ਪਊਗਾ, ਸਾਥ ਦੇਣਾ ਆਪਣਾ ਕਮੇਟੀ ਦਾ। ਕਮੇਟੀ ਵੀ ਤੁਹਾਡੇ 'ਤੇ ਡਿਪੈਂਡ ਬੈਠੀ ਆ, ਜੇ ਤੁਸੀਂ ਹਾਜ਼ਰ ਹੋਵੋਗੇ ਤਾਂ ਕਮੇਟੀ ਖੜ੍ਹੀ ਆ, ਜੇ ਤੁਸੀਂ ਹਾਜ਼ਰ ਨਹੀਂ ਹੋ ਰਹੇ ਤੁਹਾਨੂੰ ਜੋਬ ਨਹੀਂ ਚਾਹੀਦੀ, ਫਿਰ ਕਮੇਟੀਆਂ ਕਾਹਦੇ ਕੰਮ ਦੀਆਂ। ਠੀਕ ਆ, ਹਰੇਕ ਜ਼ਿਲ੍ਹੇ ਵਿੱਚੋਂ ਤੁਸੀਂ ਆਪਦੀ ਪ੍ਰਧਾਨ ਜੀ ਨੂੰ ਫੋਨ ਕਰੋ ਵੀ ਸਾਨੂੰ ਟਾਈਮ ਦਿਓ ਜੀ, ਅਸੀਂ ਕਿਸ ਦਿਨ ਆਈਏ। ਇਹ ਧਰਨਾ ਪੂਰੇ ਪੰਜਾਬ ਦਾ ਹੈਗਾ, 2-4 ਜ਼ਿਲ੍ਹਿਆਂ ਦਾ ਨਹੀਂ ਹੈਗਾ। ਹੁਣ ਜਦੋਂ ਬੱਚਾ ਜਾ ਕੇ ਦੱਸਦਾ ਹੀ ਨਹੀਂ ਹੈਗਾ ਵੀ ਮੈਂ ਵੀ ਇਸ ਸ਼ਹਿਰ ਦਾ ਰਹਿਣ ਵਾਲਾ ਅਤੇ ਮੈਂ ਵੀ ਸਟੈਨੋ ਕਰਦਾ ਪਿਆਂ, ਤਾਂ ਤੁਹਾਡੀ ਡਿਊਟੀ ਨਹੀਂ ਲੱਗਦੀ, ਆਪਦੀ ਡਿਊਟੀ ਤੁਸੀਂ ਮੰਗ ਕੇ ਲਓ, ਤੁਹਾਡਾ ਹੱਕ ਆ। ਤੁਸੀਂ ਫੋਨ ਕਰੋ ਪ੍ਰਧਾਨ ਜੀ, ਤੁਹਾਨੂੰ ਨੰਬਰ ਮੈਂ ਦੇ ਦੂੰਗਾ, ਜਦੋਂ ਮਰਜ਼ੀ ਮੇਰੇ ਨੰਬਰ 'ਤੇ ਕਾਲ ਕਰੋ, ਤੁਹਾਨੂੰ ਮੈਂ ਨੰਬਰ ਦਿੰਦਾ ਉਹਨਾਂ ਦਾ, ਕਿਹਦੇ ਨਾਲ ਗੱਲ ਕਰਨੀ ਹੈਗੀ ਆ। ਸਭ ਕੁਛ ਟਾਈਮ ਲਓ, ਆਪਦਾ ਆਪਦੇ ਹੱਕ ਵਾਸਤੇ ਲੜ ਰਹੇ ਹਾਂ, ਉੱਥੇ ਯੂਨਿਟੀ ਦਿਖਾਉਣੀ ਪੈਣੀ ਹੈ। ਗੌਰਮੈਂਟ ਤੁਹਾਨੂੰ ਡੇਲੀ ਦਿਖਦੀ ਪਈ ਵੀ ਕਿੰਨੇ ਲੋਕ ਆ ਰਹੇ ਆ, ਵੀ ਪਹਿਲੇ ਦਿਨ 500 ਬੰਦਾ ਸੀ ਅਤੇ ਹੁਣ ਉੱਥੇ 10 ਬੰਦੇ ਰਹਿ ਜਾਂਦੇ ਰਾਤ ਨੂੰ। ਠੀਕ ਆ, ਹਰੇਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਵੀ ਉਹ ਹਾਜ਼ਰ ਹੋਵੇ, 1 ਦਿਨ ਤਾਂ ਘੱਟੋ ਘੱਟ ਉੱਥੇ ਲਾ ਕੇ ਆਵੇ। ਕੁੜੀਆਂ ਜਿਹੜੀਆਂ ਸੁਬਾਹ ਜਾਣ ਅਤੇ ਸ਼ਾਮ ਨੂੰ ਵਾਪਸ ਆ ਸਕਦੀਆਂ, ਜੇ ਰਾਤ ਨਹੀਂ ਰਹਿ ਸਕਦੇ, ਮੁੰਡੇ ਨੂੰ ਮੁੰਡਿਆਂ ਵਾਸਤੇ ਕੋਈ ਚੱਕਰ ਨਹੀਂ ਹੈਗਾ, ਉਹ ਰਾਤ ਵੀ ਉੱਥੇ ਰਹਿਣ। ਜੇ ਬਿਲਕੁਲ ਫ੍ਰੀ ਹੈਗੇ ਤਾਂ ਪੱਕੇ ਤੌਰ 'ਤੇ ਉੱਥੇ ਬਹਿ ਜਾਓ, ਜੇ ਆਪਾਂ ਸਟੈਨੋ ਦੀ ਤਿਆਰੀ ਕਰਦੇ ਪਏ ਹਾਂ, ਆਪਾਂ ਉਸੇ ਡਿਪੈਂਡੈਂਟ ਹੈਗੇ ਤਾਂ ਫਿਰ ਘਰੇ ਬਹਿ ਕੇ ਵੇਟ ਕਾਹਤੋਂ ਕਰਨੀ ਆ, ਉੱਥੇ ਸਾਥੀਆਂ ਦੇ ਨਾਲ ਬੈਠੋ। ਖਰਚਾ ਕੋਈ ਹੈ ਨਹੀਂ ਗਾ, ਸਿਰਫ ਬਹਿਣਾ ਹੀ ਹੈਗਾ ਅਤੇ ਸਰਕਾਰ ਨੂੰ ਦਿਖਾਉਣਾ ਵੀ ਇੱਥੇ ਇੰਨੇ ਲੋਕ ਡੇਲੀ ਵੇਟ ਕਰਦੇ ਪਏ ਆ। ਜਿਹੜੀ ਇਹ ਧਰਨਾ ਅੱਗੇ ਵੱਧਦਾ ਪਿਆ, ਉਹਦਾ ਕਾਰਨ ਇਹੀ ਆ ਵੀ ਆਪਣੇ ਬੰਦੇ ਉੱਥੇ ਬਹੁਤ ਘੱਟ ਹੁੰਦੇ ਆ, ਜਿਹੜੇ ਹੁਣ ਦੂਰ ਵਾਲੇ ਜ਼ਿਲ੍ਹੇ ਵਾਲੇ ਆ, ਉਹ ਤਾਂ ਚਲੋ ਹਾਂ ਸਾਡੀ ਹੁਣ ਵਾਰੀ ਬੰਨੀ, ਅਸੀਂ ਜ਼ਿਲ੍ਹੇ ਦੇ ਅਕੋਰਡਿੰਗ ਜਾਵਾਂਗੇ, ਅਸੀਂ ਸਟੂਡੈਂਟ ਇਕੱਠੇ ਕਰਕੇ ਲਿਜਾਣਾ ਹੁੰਦਾ ਆ। ਦੂਰ ਬੈਠੇ ਹੋ ਜਿਹੜੇ ਲੋਕਲ ਨੇੜੇ ਹੈਗੇ ਆ, ਜਿਹੜੇ ਕੁਰਾਲੀ ਵਾਲੇ ਸਟੂਡੈਂਟ ਬਹੁਤ ਸਾਥ ਦੇ ਰਹੇ ਆ, ਡੇਲੀ ਉਹ ਧਰਨੇ 'ਤੇ ਬੈਠ ਰਹੇ ਆ। ਠੀਕ ਆ, ਸੰਗਰੂਰ ਦੇ ਬੱਚੇ ਡੇਲੀ ਬੈਠ ਰਹੇ ਆ, ਉਹਨਾਂ ਕੋਲ ਬਹੁਤ ਕੰਮ ਕਾਰ ਹੈਗੇ, ਉਹ ਬਿਲਕੁਲ ਵਿਹਲੇ ਨਹੀਂ ਹੈਗੇ। ਤੁਸੀਂ ਆਪਦੀ ਆਪ ਫੋਨ ਕਰਕੇ ਪ੍ਰਧਾਨ ਜੀ ਤੋਂ ਉਹਦਾ ਟਾਈਮ ਲਓ ਵੀ ਅਸੀਂ ਕਿਸ ਦਿਨ ਆਈਏ, ਕਦੋਂ ਬੈਠੀਏ, ਤੁਹਾਨੂੰ ਤੁਹਾਡੀਆਂ ਡਿਊਟੀਆਂ ਲਾਉਣਗੇ। ਇਹ ਆਪਣਾ ਸਾਰਾ ਸਾਰਿਆਂ ਦਾ ਸਾਂਝਾ ਧਰਨਾ ਆ, ਇਹ ਕਿਸੇ ਪ੍ਰਧਾਨ ਦਾ ਜਾਂ ਕਿਸੇ ਜ਼ਿਲ੍ਹਿਆਂ ਦਾ ਜਾਂ ਇਕੱਲੇ ਟੀਚਰਾਂ ਦਾ ਧਰਨਾ ਨਹੀਂ ਹੈਗਾ, ਤੁਹਾਡਾ ਆਪਦਾ ਧਰਨਾ ਹੈਗਾ। ਜਿੰਨਾ ਆਪਾਂ ਜਲਦੀ ਆਪਣਾ ਵਿਖਾਵਾਂਗੇ, ਭੀੜ ਵਿਖਾਵਾਂਗੇ, ਉਨੀ ਜਲਦੀ ਆਪਣੀ ਪੋਸਟਾਂ ਆਉਣਗੀਆਂ। ਡੇਲੀ ਅਫਸਰ ਕੋਲ ਦੀ ਲੰਘਦੇ ਆ, ਗੱਡੀਆਂ ਨੇ ਲੰਘਦੇ ਆ, ਦੇਖਦੇ ਪਏ 5-7 ਬੰਦੇ ਬੈਠੇ ਹੋਏ ਆ, ਮੰਗਣ ਵਾਲੇ ਅਤੇ ਬਾਕੀ ਸਾਰੇ ਘਰੇ ਬੈਠੇ ਹੋਏ ਆ। ਯੂਨਿਟੀ ਦਿਖਾਉਣੀ ਪੈਣੀ, ਭੀੜ ਵਿਖਾਉਣੀ ਪੈਣੀ, ਸਟਰੈਂਥ ਵਿਖਾਉਣੀ ਪੈਣੀ, ਫਿਰ ਆਪਣੀ ਪੋਸਟ ਆਉਣੀ ਆ। ਜਿਹੜੇ ਨੇੜੇ ਵਾਲੇ ਜ਼ਿਲ੍ਹੇ ਵਾਲੇ ਹੈਗੇ ਆ, ਹੁਣ ਪਟਿਆਲੇ ਵਾਲੇ ਵੀ ਸਟੂਡੈਂਟ ਲਗਾਤਾਰ ਇਕੱਠੇ ਪੈਂਦੇ ਰਹੇ, ਸੰਗਰੂਰ ਦੇ ਪੈਂਦੇ ਰਹੇ ਆ, ਪਰ ਜਿਹੜੇ ਨੇੜੇ ਵਾਲੇ ਜ਼ਿਲ੍ਹੇ ਹੈਗੇ ਆ, ਨਾ ਤਾਂ ਰੋਪੜ ਤੋਂ ਜ਼ਿਆਦਾ ਆਵਾਜ਼ ਆ ਰਹੀ ਹੈ ਬੱਚਿਆਂ ਦੀ, 1-2 ਬੰਦੇ ਪ੍ਰੈਜੈਂਟ ਹੁੰਦੇ ਆ, ਨਵਾਂਸ਼ਹਿਰ ਤਾਂ ਕੋਈ ਨਹੀਂ ਬੰਦਾ ਬੋਲਦਾ ਪਿਆ। ਠੀਕ ਆ, ਬਰਨਾਲੇ ਤੋਂ ਕੋਈ ਨਹੀਂ ਆ ਰਿਹਾ, ਮੁਕਤਸਰ ਤੋਂ, ਮੋਗੇ ਤੋਂ, ਇੱਥੋਂ ਕੋਈ ਵੀ ਕਿਸੇ ਦੀ ਕੋਈ ਆਵਾਜ਼ ਨਹੀਂ। ਲੁਧਿਆਣੇ ਵਾਲੇ ਇੰਨੇ ਸਟੂਡੈਂਟ ਹੈਗੇ ਆ, ਪਿਛਲੀ ਵਾਰੀ ਬਹੁਤ ਸ਼ਾਮਲ ਹੋਏ ਸੀ ਉਹ, ਅਤੇ ਇਸ ਵਾਰ ਉਹਨਾਂ ਦਾ ਕੋਈ ਨਾਮ ਨਿਸ਼ਾਨ ਹੀ ਹੈ ਨਹੀਂ ਉੱਥੇ। ਲੁਧਿਆਣੇ ਵਾਲੇ ਪਹਿਲੇ ਦਿਨ ਹਾਜ਼ਰ ਹੋਏ ਸੀ, ਮਿਲ ਕੇ ਗਏ ਸੀਗੇ, ਪਰ ਉਸ ਤੋਂ ਬਾਅਦ ਉਹਦਾ ਨਾਮ ਨੋਟ ਕਰਵਾ ਕੇ ਜਾਓ, ਫੋਨ ਕਰੋ ਪ੍ਰਧਾਨ ਜੀ ਨੂੰ, ਸਾਨੂੰ ਟਾਈਮ ਦਿਓ ਜੀ, ਵੀ ਅਸੀਂ ਵੀ ਆਉਣਾ ਚਾਹੁੰਦੇ ਹਾਂ। ਟਾਈਮ ਦੀ ਲੋੜ ਵੀ ਨਹੀਂ ਹੈਗੀ, ਬੰਦੇ ਪਹਿਲਾਂ ਹੀ ਘੱਟ ਆ, ਜੇ ਤੁਹਾਡੇ ਕੋਲ ਟਾਈਮ ਕੋਈ ਵੀ ਕਿਸੇ ਦਿਨ ਵਿੱਚ ਕਿਸੇ 1 ਬੰਦੇ ਦਾ ਵੀ ਟਾਈਮ ਹੈਗਾ, ਉੱਥੇ ਪਹੁੰਚ ਜਾਓ। ਉੱਥੇ ਇਹ ਨਹੀਂ ਹੈਗਾ ਸਾਰੇ ਬੰਦੇ ਨੂੰ ਇਕੱਠੇ ਕਰਕੇ ਤੁਸੀਂ ਪਹੁੰਚਣਾ, ਤੁਹਾਡਾ ਆਪਦਾ ਹੀ ਧਰਨਾ ਹੈਗਾ, ਉੱਥੇ ਕੋਈ ਬੰਦਿਸ਼ ਨਹੀਂ ਹੈਗੀ ਕਿਹੜਾ ਜ਼ਿਲ੍ਹੇ ਵਾਲਾ ਕਦੋਂ ਹਾਜ਼ਰ ਹੋਵੇ। ਜਦੋਂ ਵੀ ਤੁਹਾਡਾ ਟਾਈਮ ਲੱਗਦਾ ਬਸ ਉੱਥੇ ਪਹੁੰਚ ਜਾਓ। ਠੀਕ ਹੈ, ਥੈਂਕ ਯੂ।